ਦੋਸਤੋ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਆਪਾਂ ਕਿਵੇਂ ਬਣਵਾ ਸਕਦੇ ਹਾਂ, ਕੀ ਇਸ ਦੀ ਡਿਟੇਲ ਨਹੀਂ ਹੈ ਅਤੇ ਕਿਹੜੇ ਕਿਹੜੇ ਆਪਾਂ ਨੂੰ ਸਟੈਪ ਕੰਪਲੀਟ ਕਰਨੇ ਪੈਂਦੇ ਨੇ, ਇਹ ਸਾਰੀ ਵੀਡੀਓ ਮੈਂ ਬਣਾ ਚੁੱਕਿਆ ਹਾਂ, ਤੁਹਾਨੂੰ ਹੁਣ ਉੱਪਰ ਆਈ ਬਟਨ 'ਤੇ ਮਿਲ ਜਾਏਗੀ ਜਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਦੇ ਦੇਗਾ, ਉੱਥੋਂ ਸਿੱਧੇ ਤੁਸੀਂ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ। ਅਤੇ ਦੋਸਤੋ ਇੱਕ ਰਿਕੁਐਸਟ ਹੈ, ਜੇ ਵੀਡੀਓ ਤੁਹਾਡੇ ਲਈ ਫਾਇਦੇਮੰਦ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਅਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮੈਡੀਕਲ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਲਈ ਕਿਵੇਂ ਅਪਲਾਈ ਕਰਨਾ ਹੈ ਅਤੇ ਕਿਵੇਂ ਬਣਾਉਣਾ ਹੈ ਅਤੇ ਫੋਰਮ A1 ਆਪਾਂ ਕਿੱਥੋਂ ਡਾਊਨਲੋਡ ਕਰਨਾ। ਓਕੇ ਦੋਸਤੋ, ਜ਼ਿਆਦਾ ਟਾਈਮ ਵੇਸਟ ਨਾ ਕਰੋ, ਸਿੱਧਾ ਆਪਾਂ ਮੋਟਿਵ 'ਤੇ ਆਉਂਦੇ ਹਾਂ। ਦੋਸਤੋ ਆਪਾਂ ਕਰਨਾ ਕੁਛ ਨਹੀਂ, ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਣਾ ਹੈ, ਉੱਥੋਂ ਆਪਾਂ ਡੈਸਕਟੋਪ ਵਰਜ਼ਨ ਔਨ ਕਰ ਲਾਂਗੇ ਅਤੇ ਉੱਥੇ ਸਰਚ ਕਰਾਂਗੇ ਆਪਾਂ ਪਰਿਵਾਹਨ .gov.in। ਸਰਚ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਇਨਫੋਰਮੇਸ਼ਨਲ ਸਰਵਿਸ ਦਾ ਆਪਸ਼ਨ ਸ਼ੋ ਕਰ ਰਿਹਾ ਇੱਥੇ, ਇਸ ਨੂੰ ਆਪਾਂ ਜਦੋਂ ਨੀਚੇ ਸਕਰੋਲ ਕਰਾਂਗੇ ਤਾਂ ਇੱਥੇ ਡਾਊਨਲੋਡ ਫੋਰਮਸ ਦਾ ਆਪਸ਼ਨ ਦੇ 3-4 ਆਪਸ਼ਨ ਆਪਣੇ ਕੋਲ ਖੁੱਲ ਜਾਣਗੇ। ਇਸ ਤੋਂ ਬਾਅਦ ਆਪਾਂ ਡਰਾਈਵਿੰਗ ਲਾਇਸੈਂਸ 'ਤੇ ਕਲਿੱਕ ਕਰ ਲਾਂਗੇ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ ਦੋਸਤੋ। ਅਤੇ ਇਸ ਵਿੱਚ ਜਿਹੜੇ ਪਹਿਲੇ ਦੋ ਫੋਰਮ ਨੇ, ਫੋਰਮ 1 ਅਤੇ ਫੋਰਮ 1A, ਇਹ ਜਿਹੜੇ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਜ਼ਰੂਰੀ ਹੁੰਦੇ ਅਤੇ ਦੋਨੇ ਆਪਾਂ ਨੂੰ ਆਪਣੀ ਫਾਈਲ ਨਾਲ ਅਟੈਚ ਕਰਕੇ ਜਮ੍ਹਾਂ ਕਰਾਉਣੇ ਪੈਂਦੇ ਨੇ। ਅਤੇ ਤੁਹਾਨੂੰ ਸਭ ਤੋਂ ਪਹਿਲਾਂ ਫੋਰਮ A1 ਜਿਹੜਾ ਹੈਗਾ ਉਹ ਫਿਟਨੈਸ ਟੈਸਟ ਦਾ ਹੁੰਦਾ ਹੈ ਅਤੇ ਜਿਹੜਾ ਮੈਡੀਕਲ ਸਰਟੀਫਿਕੇਟ ਹੈ ਉਹ ਇਸ ਦੇ ਨਾਲ ਆਪਾਂ ਨੂੰ ਜਿਹੜਾ ਫੋਰਮ A1 ਨਾਲ ਲਾਉਣਾ ਪੈਂਦਾ। ਸਭ ਤੋਂ ਪਹਿਲਾਂ ਜੇ ਆਪਾਂ ਇਹ ਡਾਊਨਲੋਡ ਕਰਨਾ ਚਾਹੁੰਦੇ ਹਾਂ ਤਾਂ ਫੋਰਮ 1A 'ਤੇ ਆਪਾਂ ਕਲਿੱਕ ਕਰ ਲਾਂਗੇ। ਇਹ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ, ਇਹ ਫੋਰਮ ਪੂਰਾ ਖੁੱਲ ਗਿਆ ਮੇਰੇ ਕੋਲ। ਜੇ ਤੁਹਾਨੂੰ ਇਹ ਡਾਊਨਲੋਡ ਨਹੀਂ ਹੁੰਦਾ ਤਾਂ ਵੀਡੀਓ ਤੋਂ ਡਿਸਕ੍ਰਿਪ ਵੀਡੀਓ ਵਿੱਚ ਕਮੈਂਟ ਕਰੋ, ਤੁਹਾਡਾ ਵਟਸਐਪ ਨੰਬਰ, ਮੈਂ ਤੁਹਾਨੂੰ ਉਸ 'ਤੇ ਫੋਰਮ ਸੈਂਡ ਕਰ ਦਿਆਂਗਾ। ਜਿਸ 'ਤੇ ਤੁਸੀਂ ਕਰਨਾ ਕੀ ਹੈ, ਸਿਰਫ ਆਪਣੀ ਫੋਟੋ ਲਗਾਉਣੀ ਹੈ, ਹੋਰ ਆਪਾਂ ਕੁਝ ਵੀ ਇਸ ਵਿੱਚ ਫਿਲ ਨਹੀਂ ਕਰਨਾ। ਇਸ ਤੋਂ ਬਾਅਦ ਆਪਾਂ ਕਿਸੇ ਮੈਡੀਕਲ ਅਫਸਰ ਜਾਂ ਹਸਪਤਾਲ ਦੇ ਕਿਸੇ ਡਾਕਟਰ ਕੋਲ ਜਾਣਾ ਹੈ, ਉਹ ਇਹ ਫੋਰਮ ਆਪਣੇ ਆਪ ਭਰੇਗਾ ਅਤੇ ਆਪਣਾ ਜੋ ਸਿਗਨੇਚਰ ਅਤੇ ਡੇਟ ਅਤੇ ਆਪਣਾ ਜੋ ਵੀ ਮੋਹਰ ਵਗੈਰਾ ਹੁੰਦੀ ਹੈ ਇੱਥੇ ਲਾ ਕੇ ਤੁਹਾਨੂੰ ਦੇ ਦੇਗਾ। ਇਸ ਦੇ ਨਾਲ ਤੁਸੀਂ ਕਰਨਾ ਕੀ ਹੈ, ਇਹ ਸਾਰਾ ਕੁਝ ਸੈਟਅਪ ਕਰਨ ਤੋਂ ਬਾਅਦ, ਮਤਲਬ ਕਿ ਜਦੋਂ ਇਹ ਡਾਕਟਰ ਨੇ ਫੋਰਮ ਭਰਤਾ, ਆਪਣੇ ਸਿਗਨੇਚਰ ਕਰਤੇ, ਉਸ ਤੋਂ ਬਾਅਦ ਆਪਾਂ ਜਿਹੜਾ ਇਹ ਫੋਰਮ 1, ਇਸ 'ਤੇ ਆਪਾਂ ਕਲਿੱਕ ਕਰ ਲਾਂਗੇ, ਇਹ ਆਪਾਂ ਖੁਦ ਭਰਾਂਗੇ। ਅਤੇ ਤੁਹਾਨੂੰ ਦੱਸ ਦਿੰਦਾ ਇਹ ਭਰਨਾ ਕਿਵੇਂ ਹੈ, ਅਤੇ ਸਿੰਪਲ ਜਿਹੀ ਡਿਟੇਲ ਹੈ ਦੋਸਤੋ। ਸਭ ਤੋਂ ਪਹਿਲਾਂ ਆਪਾਂ ਉਰੇ ਨਾਮ ਲਿਖ ਲਾਂਗੇ, ਉਸ ਤੋਂ ਬਾਅਦ ਜੋ ਸਨ ਵਾਈਫ ਡਾਕਟਰ ਆਫ, ਮਤਲਬ ਕਿ ਤੁਸੀਂ ਤੁਹਾਡੇ ਫਾਦਰ ਦਾ ਨੇਮ, ਜਾਂ ਇਸ ਤੋਂ ਬਾਅਦ ਆਪਣਾ ਐਡਰੈਸ ਲਿਖ ਲਾਂਗੇ। ਇਸ ਤੋਂ ਬਾਅਦ ਆਪਣਾ ਟੈਂਪਰੇਰੀ ਐਡਰੈਸ ਜੇ ਹੈ ਤਾਂ ਲਿਖ ਦਾਂਗੇ, ਨਹੀਂ ਛੱਡ ਵੀ ਸਕਦੇ ਹਾਂ। ਅਤੇ ਇਸ ਤੋਂ ਬਾਅਦ ਡੇਟ ਆਫ ਬਰਥ ਅਤੇ ਏਜ ਔਨ ਡੇਟ ਆਫ ਐਪਲੀਕੇਸ਼ਨ, ਜਿਹਦੇ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਉਹ ਲਿਖ ਦਾਂਗੇ। ਅਤੇ ਆਈਡੈਂਟੀਫਿਕੇਸ਼ਨ ਮਾਰਕਸ, ਤੁਹਾਡੇ ਸਰੀਰ 'ਤੇ ਕਿਹੜੇ ਕਿਹੜੇ ਇਹੋ ਜਿਹੇ ਮਾਰਕਸ ਨੇ ਕਿ ਕੋਈ ਪਛਾਣ ਸਕਦਾ ਹੈ, ਜਿਵੇਂ ਕੋਈ ਸੱਟ ਵੱਜੀ ਹੋਵੇ ਜਾਂ ਕਿਤੇ ਤਿਲ ਹੋਵੇ, ਉਸਦਾ ਆਪਾਂ ਵੇਰਵਾ ਉਰੇ ਲਿਖ ਦਾਂਗੇ। ਇਸ ਤੋਂ ਬਾਅਦ ਬਸ ਜਸਟ ਆਪਾਂ ਯੈਸ ਨੋ ਕਰਕੇ ਉਰੇ ਤੁਸੀਂ ਪੜ੍ਹ ਲਓ ਇੱਕ ਵਾਰੀ, ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਵੀਡੀਓ 'ਤੇ ਕਮੈਂਟ ਕਰੋ, ਮੈਂ ਤੁਹਾਨੂੰ ਇਹ ਉਸਦਾ ਪੂਰਾ ਦੱਸ ਦਿਆਂਗਾ ਕਿ ਕਿਹੜੇ ਕਿਹੇ ਪ੍ਰੋਬਲਮ ਹੈ। ਜੇ ਤੁਹਾਡੇ ਵਿੱਚ ਹੈ ਇਹ ਪ੍ਰੋਬਲਮ ਤਾਂ ਯੈਸ ਕਰ ਦਾਂਗੇ, ਜੇ ਨਹੀਂ ਹੈ ਤਾਂ ਨੋ ਕਰ ਦਾਂਗੇ। ਓਕੇ ਦੋਸਤੋ, ਸਿੰਪਲ ਇਸ ਤੋਂ ਬਾਅਦ ਆਪਾਂ ਜਸਟ ਉਰੇ ਸਿਗਨੇਚਰ ਕਰਨੇ ਆ। ਅਤੇ ਇਸ ਤੋਂ ਬਾਅਦ ਜਿਹੜਾ ਆਪਾਂ ਮੈਡੀਕਲ ਸਰਟੀਫਿਕੇਟ ਦੇ ਨਾਲ ਇਹ ਫੋਰਮ ਲਾ ਕੇ ਅਤੇ ਆਪਣੀ ਫਾਈਲ ਨਾਲ ਅਟੈਚ ਕਰਕੇ RTO ਆਫਿਸ ਜਾਣਾ ਹੈ ਅਤੇ ਉੱਥੇ ਆਪਾਂ ਨੂੰ ਇਹ ਸਬਮਿਟ ਕਰਾਉਣਾ ਪੈਂਦਾ। ਓਕੇ ਦੋਸਤੋ, ਹੋਰ ਜਾਣਕਾਰੀ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਜੇ ਕੋਈ ਦਿੱਕਤ ਹੈ ਫਿਰ ਵੀ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਡੀ ਹੈਲਪ ਜ਼ਰੂਰ ਕਰ ਦਿਆਂ।